ਸੁਪਰੀਮ ਕੋਰਟ ਨੇ ਕਿਹਾ ਕਿ ਵੀਵੀ ਪੈਟ ਸਲੀਪ ਦੀ ਵੋਟਾਂ ਨਾਲ ਮਿਲਾਨ ਕੀਤੇ ਜਾਣ ਦੀ ਮੰਗ ਕਰਦੀਆਂ ਪਟੀਸ਼ਨਾਂ ਤੇ ਅਦਾਲਤ 16 ਅਪ੍ਰੈਲ ਨੂੰ ਸੁਣਵਾਈ ਕਰੇਗੀ ਵੀਵੀ ਪੈਟ ਬੋਰਡ ਦੀ ਤਸਦੀਕ ਲਈ ਇੱਕ ਸੁਤੰਤਰ ਵਿਵਸਥਾਏ ਜਿਸ ਵਿੱਚ ਇੱਕ ਵੋਟਰ ਇਹ ਦੇਖ ਸਕਦਾ ਹੈ ਕਿ ਉਸ ਦੀ ਵੋਟ ਵੱਲੋਂ ਉਸ ਚੁਣੀ ਗਈ ਪਾਰਟੀ ਦਾ ਉਮੀਦਵਾਰ ਨੂੰ ਹੀ ਪਈਏ ਵੀਵੀ ਪੈਡ 7 ਸੈਕਿੰਡਾਂ ਵਿੱਚ ਇੱਕ ਪੇਪਰ ਸਲੀਪ ਜਨਰੇਟ ਕਰਦੀ ਹੈ ਜਿਸ ਨੂੰ ਵੋਟਰ ਇੱਕ ਪਾਰਦਰਸ਼ੀ ਖਿੜਕੀ ਰਾਹੀਂ ਦੇਖ ਸਕਦਾ ਹੈ ਇਸ ਸਲੀਪ ਨੂੰ ਸੀਲ ਬੰਦ ਕਵਰ ਤੇ ਰੱਖਿਆ ਜਾਂਦਾ ਹੈ ਜਿਸ ਨੂੰ ਕਿਸੇ ਵਿਵਾਦ ਜਾਂ ਝਗੜੇ ਦੀ ਸੂਰਤ ਵਿੱਚ ਖੋਲ੍ਹਿਆ ਜਾ ਸਕਦਾ ਹੈ